ਖਬਰ ਲੈਂਦੇ ਹਾਂ ਲੁਧਿਆਣੇ ਦੇ ਨਾਲ ਲੱਗਦੇ ਪਿੰਡ ਡੇਲੋ ਜਿੱਥੋਂ ਮਿਲੀਆਂ ਜੀ ਤਿੰਨ ਭਰਾਵਾਂ ਦੀਆਂ ਲਾਸ਼ਾਂ। ਲੁਧਿਆਣੇ ਦੇ ਪੁਲਿਸ ਸਟੇਸ਼ਨ ਡੇਲੋ ਦੇ ਅਧੀਨ ਆਉਂਦੇ ਈਸਾ ਨਗਰ 'ਚ ਇੱਕੋ ਘਰ ਵਿੱਚੋਂ ਤਿੰਨ ਸਕੇ ਭਰਾਵਾਂ ਦੀਆਂ ਲਾਸ਼ਾਂ ਰੱਸੀਆਂ ਨਾਲ ਲਮਕਦੀਆਂ ਮਿਲੀਆਂ ਨੇ ਔਰ ਤਿੰਨਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਬੀਤੇ ਕਈ ਦਿਨ ਪਹਿਲਾਂ ਤੋਂ ਹੀ ਇਹਨਾਂ ਨੇ ਖੁਦਕੁਸ਼ੀ ਕਰ ਲਈ ਸੀ ਪਰ ਗੁਆਂਢੀਆਂ ਨੂੰ ਬਦਬੂ ਆਉਣ ਤੋਂ ਬਾਅਦ ਹੀ ਖੁਦਕੁਸ਼ੀ ਬਾਰੇ ਜਾਣਕਾਰੀ ਮਿਲੀ ਹੈ। ਮ੍ਰਿਤਕ ਦੀ ਸ਼ਨਾਖਤ ਕੁਲਦੀਪ ਸਿੰਘ 37 ਸਾਲ, ਮਲਕੀਤ ਸਿੰਘ 35 ਸਾਲ, ਦਵਿੰਦਰ ਸਿੰਘ 33 ਸਾਲ ਵਜੋਂ ਦੱਸੀ ਜਾ ਰਹੀ ਹੈ। ਇਹ ਤਿੰਨੇ ਹੀ ਕਿਰਾਏ ਦੇ ਮਕਾਨ 'ਤੇ ਰਹਿੰਦੇ ਸਨ। ਇਹ ਵੀ ਦੱਸਿਆ ਜਾ ਰਿਹਾ ਕਿ ਤਿੰਨੇ ਭਰਾਵਾਂ 'ਤੇ ਵੱਡਾ ਕਰਜ਼ਾ ਸੀ ਜਿਸ ਕਾਰਨ ਇਹਨਾਂ ਨੇ ਇਹ ਕਦਮ ਚੁੱਕਿਆ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਕੁਝ ਕਹਿਣ ਤੋਂ ਵੀ ਇਨਕਾਰ ਕਰ ਦਿੱਤਾ। ਇਹਨਾਂ ਤਿੰਨਾਂ ਦਾ ਕੋਈ ਪਰਿਵਾਰਕ ਮੈਂਬਰ ਇਹਨਾਂ ਦੇ ਨਾਲ ਨਹੀਂ ਸੀ ਰਹਿੰਦਾ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਜਿਹੜੀ ਇਹ ਵਾਰਦਾਤ ਹੋਈ ਆ ਵੀ ਤਿੰਨ ਭਰਾਵਾਂ ਵੱਲੋਂ ਦੀ ਲਟਕਦੀਆਂ ਲਾਸ਼ਾਂ ਮਿਲੀਆਂ ਨੇ, ਕਿੱਥੇ ਮਿਲੀਆਂ ਨੇ? 12L ਈਸ਼ਰ ਨਗਰ। ਕੀ ਕਿੱਦਾਂ ਇਹਨਾਂ ਦੀ ਡੈਥ ਹੋਈ ਹੈ, ਕੀ ਕਾਰਨ ਹੈਗਾ, ਕੀ ਲੱਗਦਾ? ਇਹ ਇਹਨਾਂ ਨੇ ਆਪਣੇ ਦੱਸਿਆ ਵੀ ਖੁਦਕੁਸ਼ੀ ਦਾ ਕਾਰਨ ਹੈ ਆਰਥਿਕ ਮੰਦੀ, ਮਤਲਬ ਘਰ ਦੇ ਵਿੱਚ ਜਿਹੜਾ ਬਿਜ਼ਨਸ ਸੀਗਾ ਉਹ ਫੇਲ ਹੋ ਗਿਆ। ਇਹ ਤੁਹਾਨੂੰ ਪੁਲਿਸ ਨੂੰ ਕਿੱਦਾਂ ਪਤਾ ਲੱਗਿਆ ਜੀ? ਇਹਨੂੰ ਸੁਸਾਈਡ ਨੋਟ ਵੀ ਮਿਲਿਆ। ਕੀ ਲਿਖਿਆ ਉਹਦੇ ਵਿੱਚ? ਸੁਸਾਈਡ ਨੋਟ ਦੇ ਵਿੱਚ ਇਹ ਲਿਖਿਆ ਮਤਲਬ ਜਿਹੜੇ ਸਾਡੇ ਨਾਲ ਧੋਖਾ ਹੋਇਆ ਕਿਸੇ ਵੱਲੋਂ ਪਲਾਟ ਦੇ ਸੰਬੰਧੀ ਉਹਦੇ ਧੋਖਾ ਹੋਇਆ। ਅੱਛਾ, ਕਿਹਨੇ ਕੀਤਾ ਧੋਖਾ? ਇਹ ਦੋ ਆਦਮੀਆਂ ਦੇ ਨਾਮ ਲਿਖਾ ਕੇ ਗਏ ਆਪਣੇ ਲਿਖਿਆ ਸੁਸਾਈਡ ਨੋਟ 'ਚ, ਇੱਕ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ। ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ, ਇਹਨਾਂ ਖਿਲਾਫ਼ ਕੋਈ ਕਾਰਵਾਈ ਕੀਤੀ ਗਈ? ਇਹਨਾਂ ਮੁਕੱਦਮਾ ਦਰਜ ਹੋ ਗਿਆ। ਅੱਛਾ, ਕਿਹੜੀ ਧਾਰਾ ਲੱਗੀ ਹੈ ਜੀ? 306 IPC 'ਚ ਦੇ ਅਧੀਨ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਹੁਣ ਅੱਗੇ ਤਫਤੀਸ਼ ਜਾਰੀ ਆ, ਤਫਤੀਸ਼ ਦੇ ਵਿੱਚ ਜੋ ਵੀ ਆਏਗਾ। ਲੁਧਿਆਣੇ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।